ਗੁਰਮੁਖ ਸਿੰਘ ਜੀ ਦੀ ਕਹਾਣੀ ਹੈ ਲੌਂਗ ਸ਼ਾਟ ক্লোਜ਼ ਅਪ ਰੋਰਿਕ ਦੇ ਇੱਕ ਚਿੱਤਰ ਦੇ ਨਾਮ ਅੰਕ ਪਹਿਲਾ ਦ੍ਰਿਸ਼ 3 ਪਹਾੜੀ ਸੜਕ ਦਾ ਕੰਡਾ ਇੱਕ ਡੂੰਗੀ ਵਾਦੀ ਦੂਰ ਕਲਕਲ ਕਰਦਾ ਝਰਨਾ ਝਰਨੇ ਦਾ ਮధుਰ ਸੰਗੀਤ ਨਾਲ ਵਗਦੀ ਨਦੀ ਜਿਸ ਚ ਕਈ ਝਰਨੇ ਮਿਲ ਰਹੇ ਹਨ ਆਪਣੇ ਅੰਤ ਸਾਗਰ ਵੱਲੋਂ ਧੂਪ ਆਉਂਦੀ ਸ਼ੂਕ ਦੀ ਤੂਫਾਨ ਵਲੇਟੀ ਪਾਣੀ ਦੀ ਅਸੀਮ ਵੇਗ ਚ ਵਹਿੰਦੀ ਜਾਂਦੀ ਲਹਿਰ ਕੰਡੇ ਖੋਰਦੀ ਆਵਾਜ਼ਾਂ ਪੈਦਾ ਕਰਦੀ ਸਿਰ ਪਟਕਦੀ ਵਾਦੀ ਨੂੰ ਲਿਸ਼ਕਾਉਂਦੀ ਪਹਾੜੀ ਚੋਟੀਆਂ ਵੱਲ ਇੱਕ ਟੱਕ ਤੱਕਦੀ ਨਦੀ ਦੂਜੇ ਪਾਸੇ ਮਜ਼ਦੂਰਾਂ ਦੀਆਂ ਝੁੱਗੀਆਂ ਨਦੀ ਉੱਤੇ ਬੰਦ ਬੰਨਣ ਦੀਆਂ ਤਿਆਰੀਆਂ ਬੰਦ ਲਈ ਸਾਰੇ ਸਮਾਨ ਦੇ ਢੇਰਾਂ ਦੇ ਢੇਰ ਸੀਮੈਂਟ ਲੋਹਾ ਪੱਥਰ ਰੋੜੀ ਵੈਂਗੀਆਂ ਬਾਂਸ ਟਰਾਲੀਆਂ ਮਸ਼ੀਨਾਂ ਤੇ ਹੋਰ ਕਿੰਨਾ ਕੁਝ ਝੁੱਗਿਆਂ ਚ ਕੁਰਬਲ ਕੁਰਬਲ ਕਰਦੇ ਪਹਾੜੀ ਮਰਦ ਤੇ ਔਰਤਾਂ ਕਈਆਂ ਦੇ ਚਿਹਰੇ ਅਧ ਬੁਝੇ ਕਈ ਰੁਸ਼ਨਾਏ ਅੱਖਾਂ ਚ ਚਮਕ ਵੀ ਤੇ ਕਈ ਚਮਕ ਤੋਂ ਰਹਿਤ ਵੀ ਜ਼ਿੰਦਗੀ ਰਹਿਤ ਵੀ ਜ਼ਿੰਦਗੀ ਦੀ ਥਰਕ ਕੰਮ ਦੀ ਚੈਲ ਪੈਲ ਸ਼ਾਮ ਦਾ ਹਨੇਰਾ ਉਤਰਦਾ ਜਾ ਰਿਹਾ ਹੈ ਬਸੰਤੀ ਦੀਆਂ ਅੱਖਾਂ 부ਝੀਆਂ 부ਝੀਆਂ ਹਨ ਸਾਰੇ ਦਿਨ ਦੇ ਕੰਮ ਨੇ ਉਹਨੂੰ ਥਕਾ ਦਿੱਤਾ ਹੈ ਪੱਥਰ ਤੋੜਦੇ ਨੂੰ ਇੰਝ ਲੱਗਦਾ ਜਿਵੇਂ ਉਹ ਆਪਣੇ ਹੱਡਾਂ ਨੂੰ ਵੀ ਨਾਲ ਹੀ ਤੋੜ ਰਹੀ ਹੈ ਸਾਰੇ ਸਟਿੱਕੀ ਹੈ ਹੱਡਾਂ ਨੇ ਟੁੱਟਣਾ ਹੈ ਤਾਂ ਸਾਰੇ ਤਾਂ ਹੀ ਸਰੀਰ ਨੇ ਰਹਿਣਾ ਉਹ ਆਪਣੇ ਆਪ ਨੂੰ ਦੱਸਦੀ ਰਹੀ ਸੀ ਮਾਸ ਦੇ ਇਸ ਢਿੱਡ 'ਚ ਸਾਥ ਚੱਲਦੇ ਰਹਿਣੇ ਚਾਹੀਦੇ ਹਨ ਮੈਨੂੰ ਇਸ ਢਿੱਡ ਦੀ ਲੋੜ ਤਾਂ ਹੈ ਹੀ ਇਹ ਮੈਂ ਹਾਂ ਪਰ ਮੇਰੇ ਨਾਲੋਂ ਵਿਵਾਦੇ ਦੀ ਲੋੜ ਮੇਰੇ ਪੁੱਤਰ ਰੁਣੀਏ ਨੂੰ ਹੈ ਰੁਣੀਏ ਦਾ ਬਾਪੂ ਮਰਨ ਲੱਗਿਆ ਮੈਨੂੰ ਕਹਿ ਗਿਆ ਸੀ ਬਸੰਤੀਏ ਪਹਿਲੇਆਂ ਸਾਲਾਂ 'ਚ ਮੁੰਜੋ ਤੁਸੀਂ ਜੋ ਕੁਝ ਦਿੱਤਾ ਮੇਰੀ ਕਿਸਮਤ ਵਿੱਚ ਨਹੀਂ ਥਾ ਜੋ ਮੈਥੇ ਜੋ ਲੰਮੀ ਉਮਰਾ ਮਾਨਦਾ ਤੇ ਮੈਥੇ ਜੋ ਗਲਾਇਆ ਤੋ ਇਸ ਮਨੂਏ ਅੱਛੀ ਤਰ੍ਹਾਂ ਪਾਲਿਆ ਤਾਂ ਤੇ ਜੋ ਸੁਖੀ ਹੋਗੀ ਮੈਂ ਤਾਂ ਜਲਦੀ ਮਰੀ ਜਾਣਾ ਤੇ ਜੋ ਆਪਣੀਆਂ ਸੇਤਾਂ ਦਾ ਖਿਆਲ ਰੱਖਣਾ ਮਨੂਏ ਜਵਾਬ ਪਾਲਣਾ ਆਪਣੀ ਉਮਰ ਖਰਾਬ ਨਹੀਂ ਕਰਨੀ ਮੇਰੇ ਲਈ ਆਪਣੀ ਰੂਣੀਆਂ ਲਈ ਬਸੰਤੀ ਦੇ ਕੰਨਾਂ 'ਚ ਆਵਾਜ਼ ਤੇ ਉਹਦੇ ਪਤੀ ਦੀ ਆਖਰੀ ਹਿੱਚ ਦੀ ਸਦਾ ਹੀ ਤਰਥੱਲੀ ਪਾਉਂਦੇ ਰਹਿੰਦੇ ਦਿਹਾੜੀ ਲੈਣ ਲੱਗਿਆ ਸਾਰੇ ਮਜ਼ਦੂਰ ਇੱਕ ਕਤਾਰ 'ਚ ਖਲੋਤੇ ਸਨ ਮਾਦੂ ਠੇਕੇਦਾਰ ਦਾ ਮੁੰਸ਼ੀ ਇੱਕ-ਇੱਕ ਨੂੰ ਪੈਸੇ ਦਿੰਦਾ ਆਇਆ ਹਰ ਰੋਜ਼ ਐਂਝ ਹੀ ਹੁੰਦਾ ਸੀ ਬਸੰਤੀ ਜ਼ਰਾ ਚਿਰਾਕੀ ਅਪੜੀ ਸੀ ਤੇ ਕਤਾਰ ਦੇ ਬਸ ਅਖੀਰ ਤੇ ਸੀ ਤੇ ਸ਼ਾਇਦ ਇੱਕ ਦੋ ਹੋਰ ਮਰਦੋਂ ਦੇ ਪਿੱਛੇ ਖੜੇ ਸੀ ਜਦੋਂ ਕੰਮ ਤੋਂ ਛੁੱਟੀ ਵੇਲੇ ਉੱઠી ਸੀ ਤਾਂ ਉਹਦੇ ਗੁੱਡੀ ਹਿੱਲਦੇ ਨਹੀਂ ਸੀ ਬੜੀ ਕਠਿਨਾਈ ਨਾਲ ਉਹਨੇ ਇੱਕ ਚਟਾਨ ਦਾ ਸਹਾਰਾ ਲਿਆ ਸਾਰੇ ਸਰੀਰ ਦੀ ਸ਼ਕਤੀ ਇਕੱਠੀ ਕੀਤੀ ਤੇ ਪੈਰਾਂ 'ਪਾਰ ਖੜੀ ਹੋ ਗਈ ਫਿਰ ਉਸ ਰੁਣੀਏ ਨੂੰ ਚੁੱਕਿਆ ਨਦੀ ਤੋਂ ਮੂੰਹ ਹੱਟੋਤੇ ਪੈਰ ਤੋਤੇ ਤੇ ਤਲਬ ਲੈਣ ਲਈ ਕਤਾਰ ਚ ਆ ਗਈ। ਜਦੋਂ ਦੀ ਵਾਰੀ ਆਈ ਮੁੰਸ਼ੀ ਆਪਣੀ ਗੁੱਥੀ ਖਾਲੀ ਕਰ ਚੁੱਕਾ ਸੀ। ਵਿੱਚੋਂ ਖਾਲੀ ਹੱਥ ਬਾਹਰ ਕੱਢ ਕੇ ਹੱਸਦਾ ਕਹਿਣ ਲੱਗਾ। ਆਵੋ ਬਸੰਤੀਏ ਅੱਜ ਤਾਂ ਤੇਰੀ ਕਿਸਮਤ ਮਾੜੀ ਐ ਅੱਜ ਤਾਂ ਪੈਸੇ ਮੁੱਕੀ ਗਏ। ਕੱਲ ਲਈ ਲਿਆ। ਮਾਦੋ ਦੀ ਖਚਰੀ ਹਾਸੀ ਚ ਵਿਸਪਰਿਆ ਹੋਇਆ ਸੀ। ਉਹਦੀਆਂ ਅੱਖਾਂ ਚ ਸ਼ਰਾਰਤ ਨੱਚ ਰਹੀ ਸੀ ਤੇ ਬਰਾਂਛਾ ਉੱਪਰ ਨਿੱਕੀਆਂ ਨਿੱਕੀਆਂ ਮੁੱਛਾਂ ਉਹੋ ਜੇ ਡਰਾਉਣੇ ਅੰਦਾਜ਼ ਚ ਖਿਲਰ ਗਈਆਂ ਸਨ। ਬਸੰਤੀ ਦੜ ਵੱਟ ਗਈ ਕੀ ਕਹਿੰਦੀ ਇਹ ਤਾਂ ਅੱਗੇ ਵੀ ਕਈ ਵਾਰ ਕਈ ਕਾਮਿਆਂ ਨਾਲ ਹੋ ਜਾਂਦਾ ਸੀ ਪਰ ਉਹਦੀ ਵਾਰੀ ਅੱਜ ਹੀ ਆਈ ਸੀ ਉਹਨੇ ਰੁਣੀਆਂ ਨੂੰ ਘੁੱਟ ਕੇ ਮੋਢੇ ਨਾਲ ਲਾ ਲਿਆ ਉਹਨੂੰ ਉਹਦਾ ਪਿੰਡਾ ਨਿਗਾ ਨਿਗਾ ਲੱਗਾ ਉਹਦੀ ਅਨਾਸਾਂ ਚੋਂ ਪਾਣੀ ਵਗ ਰਿਆ ਸੀ ਉਹਨੇ ਪਹੁੰਚ ਦਿੱਤਾ ਰੁਣੀਆਂ ਰੋ ਰਿਆ ਸੀ ਬਸੰਤੀ ਉਹਨੂੰ ਬੁਲਾਉਂਦਿਆਂ ਹੋਇਆਂ ਟੁਰ ਪਈ ਜਾਂਦੀ ਹੋਈ ਦੇ ਮੁੰਸ਼ੀ ਦੀ ਆਵਾਜ਼ ਉਹਦੀ ਕੰਨੀਆਂ ਪਈ ਫਿਕਰ ਮਤ ਕਰੀ ਬਸੰਤੀਏ ਅਸੀਂ ਹਲੇ ਜਿੰਦੇ ਆ ਮਰੇ ਨਹੀਂ ਗਏ ਉਟੁਰਦੀ ਗਈ ਇਹ ਆਵਾਜ਼ ਇੱਕ ਗੋਲੀ ਬਣ ਕੇ ਉਹਦੇ ਕੰਨਾਂ ਦੇ ਕੋਲੋਂ ਸਰਸਰਾਂ ਦੀ ਲੰਘ ਗਈ। ਬਸੰਤੀ ਦੀਆਂ ਅੱਖਾਂ ਭਾਵੇਂ ਲਿਸ਼ਕ ਰਹਿਤ ਹਨ ਪਰ ਉਹਦਾ ਗੋਰਾ ਮੂੰਹ ਡੁੱਬਦੇ ਸੂਰਜ ਦੀ ਲਾਲੀ ਨਾਲ ਪੱਕ ਉੱਠਿਆ। ਉਹਦਾ ਚਿੱਟਾ ਦੁੱਧ ਰੰਗ ਉਹਦੀ ਜ਼ਿੰਦਗੀ 'ਚ ਕਈ ਚੰਨ ਚੜ ਚੁੱਕਾ ਹੈ ਪਰ ਇਸ 'ਚ ਉਹਦਾ ਕੋਈ ਦੋਸ਼ ਨਹੀਂ। ਉਹਨੇ ਕਈ ਵਾਰੀ ਨਦੀ 'ਤੇ ਨਹਾਉਂਦਿਆਂ ਸਾਰੇ ਪਿੰਡੇ ਉੱਪਰ ਚਿੱਕੜੀ ਮਿੱਟੀ ਮਲੀ ਹੈ ਤਾਂ ਜੋ ਉਹਦੀ ਲਿਸ਼ਕ ਮੱਧਮ ਪੈ ਜਾਏ। ਉਹਨੇ ਮਿੱਟੀ ਨੂੰ ਕਈ-ਕਈ ਦਿਨ ਤੱਕ ਉੱਤੇ ਲੱਗਿਆ ਰਹਿਣ ਦਿੱਤਾ। ਪਰ ਜਦ ਵੀ ਉਹ ਤੀਜੇ ਚੌਥੇ ਦਿਨ ਆਤੀ ਹੈ ਉਹ ਹੋਰ ਵੀ ਨਿਖਰ ਆਇਆ ਹਾਰ ਕਿਉਂ ਨੇ ਇੱਧਰ ਧਿਆਨ ਦੇਣਾ ਹੀ ਛੱਡ ਦਿੱਤਾ ਰੂਣੀਆਂ ਨੂੰ ਵਰਚਾਉਂਦੀ ਬਸੰਤੀ ਟੁਰਦੀ ਜਾ ਰਹੀ ਹੈ ਬਸੰਤੀ ਦੁਕਾਨਾਂ ਕੋਲ ਪਹੁੰਚ ਗਈ ਚਾਰ ਪੰਜ ਦੁਕਾਨਾਂ ਦੀ ਇੱਕ ਕਤਾਰ ਹੈ ਉਹ ਭਾਤ ਲਈ ਚਾਵਲ ਤੇ ਲੂਣ ਰਖੀਏ ਕੋਲੋਂ ਲੈਂਦੀ ਹੈ ਰਖੀਆ ਝੁੱਗੀ ਅੰਦਰ ਬੈਠਾ ਹੋਇਆ ਹੁੱਕੜੀ ਪੀ ਰਿਹਾ ਬਸੰਤੀ ਝੱਕਦੀ ਝੱਕਦੀ ਅੰਦਰ ਪੈਰ ਰੱਖਦੀ ਹੈ ਉਹਨੂੰ ਵੇਖ ਕੇ ਰਖੀਏ ਨੇ ਹੁੱਕੜੀ ਇੱਕ ਪਾਸੇ ਰੱਖਤੀ ਸੱਜੇ ਹੱਥ ਦੀ ਤਿੰਨ ਨਾਲ ਮੁੱਛਾਂ ਪੂੰਝਦਾ ਹੋਇਆ ਕਹਿੰਦਾ 10 ਉਹ ਬਸੰਤੀ ਹੈ ਤੇ ਜੋ ਕਿੰਨੇ ਚੌਲ ਚਾਹੀਦੇ ਪਾਜ ਡੇਢ ਲੂਣ ਕਿੰਨਾ ਤੁਸਾਂ ਦੀ ਮਰਜ਼ੀ ਬਸੰਤੀ ਹੱਸਣ ਦੀ ਕੋਸ਼ਿਸ਼ ਕਰਦੀ ਜਵਾਬ ਦਿੰਦੀ ਹੈ ਉਹਦੀ ਆਵਾਜ਼ ਚ ਉਦਾਸੀ ਬੇਅਰਥਾਪਨ ਤੇ ਕੁੜਿੱਤਨ ਰਲੇ ਹੋਈ ਹੈ ਇਹ ਸੁਣ ਕੇ ਰਿਖੀਆ ਚੌਂਕ ਪਿਆ ਉਹ ਬਸੰਤੀ ਦੀ ਆਵਾਜ਼ ਦੇ ਸੁਰ ਤੋਂ ਵਾਕਿਫ ਨਹੀਂ ਸੀ ਹੈਰਾਨ ਰਹਿ ਗਿਆ ਕੀ ਗੱਲ ਹੈ ਬਸੰਤੀ ਅੱਜ ਤਲਬ ਨਹੀਂ ਮਿਲੀ ਬਸੰਤੀ ਦੇ ਉੱਤਰ 'ਚ ਗਰਦਨ ਝੇਠਾਂ ਝੁੱਕ ਗਈ ਅੱਜ ਨਹੀਂ ਮੈਂ ਉਧਾਰ ਦੇਣਾ ਮੁੰਜੋ ਆਪ ਹੀ ਸਰਕਾਰੀ ਚੌਲ ਨਹੀਂ ਮਿਲੇ ਤੇ ਤਿਜੋ ਕੋਤੇ ਦੇਣੇ ਮੈਂ ਤੁਸਾਂ ਤਾਈਂ ਕੁੱਲੂਏ ਤੋਂ ਬਲੈਕ ਚੌਲ ਲਿਆਂਦੇ ਆ ਤਾਂ ਜੋ ਤੁਸੀਂ ਲੋਕ ਭੁੱਖੇ ਨਾ ਰਹੋ ਮੈਂ ਦੂਰੀ ਚਪਤਕੀਆਂ ਖਾਣੀ ਆ ਕੇ ਰਿਖੇ ਅਮੜ ਹੁੱਕੜੀ ਪੀਣ ਲੱਗ ਪੈਂਦਾ ਉਹਦੇ ਹੱਥ ਮੜ ਚੌਲਾਂ ਦੀ ਬੋਰੀ ਨੂੰ ਬੁਲੇਟਣ ਲੱਗ ਪੈਂਦੇ ਬਸੰਤੀ ਝੁੱਕੀ ਦੇ ਬੂਹੇ ਉੱਤੇ ਨਿਰਾਸ਼ਾ ਦੀ ਇੱਕ ਤਸਵੀਰ ਬਣੀ ਖੜੀ ਐ ਚੁੱਪ ਅੱਖਾਂ 'ਚ ਬੇਨਤੀ ਉੱਕਰੀ ਮੋਂਤੇ ਕੀ ਯਾਚਨਾ ਦੇ ਅੱਖਰ ਉਬਰੇ ਹੋਏ ਰੁਣੀਆਂ ਨੂੰ ਪਲੋਸਦੇ ਰਿਖੀਏ ਨੇ ਵੇਖਿਆ ਬਸੰਤੀ ਹਲੇ ਵੀ ਦੁਕਾਨ ਅੰਦਰ ਖੜੀ ਐ ਖਿੱਚ ਕੇ ਕਹਿੰਦਾ ਚੱਲ ਪਾ ਬਸੰਤੀਏ ਮੀ ਇਹ ਕਦੀ ਕਦੀ ਭਰਤ ਰਖੀ ਲਿਆ ਕਰ ਹਾਜਮਾ ਖਰਾ ਰੰਦਾ ਫਿਰ ਜਿਵੇਂ ਆਪਣੀ ਗਲ ਦੀ ਪ੍ਰਸ਼ੰਸਾ ਕਰਕੇ ਹੱਸ ਪਿਆ ਬਸੰਤੀ ਨੇ ਰਿਖੀਏ ਦੀ ਗੱਲ 'ਚ ਖੁੱਲੇ ਹੋਏ ਵਿਅੰਗ ਦੇ ਕਸੈਲੇ ਸਵਾਦ ਨੂੰ ਜੀਭ ਉੱਤੇ ਲੈ ਕੇ ਤਾਲੂ ਨਾਲ ਲਾਇਆ ਤੇ ਫਿਰ ਇੱਕੋ ਸਾਹ ਨਾਲ ਉਹਨੂੰ ਸੰਘੋ ਘੇਠਾਂ ਲੰਗਾ ਗਈ ਰੁਣੀਆਂ ਦਾ ਸਿਰ ਹੁਣ ਭਖਣ ਲੱਗ ਪਿਆ ਸੀ ਹਨੁਪਲ ਉਸਦੀ ਹੋਈ ਬਸੰਤੀ ਝੁੱਗੀਆਂ ਬਾਹਰ ਨਿਕਲ ਆਉਂਦੀ ਹੈ ਪੈਰੋ ਪੈਰ ਆਪਣੀ ਝੁੱਗੀ ਵੱਲ ਚਲੀ ਜਾਂਦੀ ਹੈ ਉਹਦੀ ਟੋਰ ਵਿੱਚ ਸਥਲਤਾ ਉਹਦੇ ਪੈਰਾਂ 'ਚ ਸਿੱਕਾ ਤੇ ਉਹਦੀ ਸੋਚਣੀ ਉੱਪਰ ਬੇਅੰਤ ਬੋਝ ਹੈ ਉਹਦੀਆਂ ਅੱਖਾਂ ਅੱਗੇ ਕਈ ਤਸਵੀਰਾਂ ਉੱਭਰ ਕੇ ਆ ਰਹੀਆਂ ਹਨ ਕਈ ਰੰਗ ਨਿਕਲ ਰਹੇ ਹਨ ਦ੍ਰਿਸ਼ ਪਹਿਲਾ ਉਹਦੋਂ ਹਲੇ ਬਸੰਤੀ ਨੂੰ 18ਵਾਂ ਲੱਗਾ ਸੀ ਉਹਨੇ ਕਦੇ ਆਪਣੇ ਪਿੰਡ ਰਿੜ ਕਲ ਤੋਂ ਬਾਹਰ ਪੈਰ ਨਹੀਂ ਸੀ ਧਰਿਆ ਹੱਤੋਂ ਬਾਦ ਉਹ ਸ਼ਿਵਜੀ ਦੇ ਮੰਦਿਰ ਜਾਇਆ ਕਰਦੀ ਸੀ ਜੋ ਪਿੰਡੋਂ ਬਾਹਰ ਇੱਕ ਪਹਾੜੀ ਦੀ ਢਲਾਨ ਤੇ ਸੀ ਮੰਦਰ ਵੀ ਉਹ ਕਦੀ ਇਕੱਲੀ ਨਹੀਂ ਸੀ ਗਈ ਕਦੇ ਮਾਂ ਨਾਲ ਕਦੇ ਕਦੇ ਸਹੇਲੀ ਨਾਲ ਮਾਂ ਉਹਦਾ ਬੜਾ ਖਿਆਲ ਰੱਖਦੀ ਕਈ ਵਾਰੀ ਉਹ ਇੰਨੀ ਰਖਵਾਲੀ ਤੇ ਹੈਰਾਨ ਰਹਿ ਜਾਂਦੀ ਰਿੜਕਲ ਵਿੱਚ ਹੋਰ ਵੀ ਤਾਂ ਕਈ ਕੁੜੀਆਂ ਸੰਟਪੁੱਟਫੁ ਕਰਦੀਆਂ ਰਹਿੰਦੀਆਂ ਪਰ ਮਾਂ ਉਹਨੂੰ ਕਿਦਰੇ ਇਕੱਲਿਆਂ ਨਹੀਂ ਸੀ ਜਾਣ ਦਿੰਦੀ ਜਿਵੇਂ ਉਹ ਕਿਸੇ ਖਜ਼ਾਨੇ ਦੀ ਰਾਖੀ ਕਰ ਰਹੀ ਹੋਵੇ ਉਸ ਦਿਨ ਦੁਪਹਿਰੇ ਘਰ 'ਚ ਇੱਕ ਨਵੀਂ ਕੁਸਰਮਸਰੋ ਦੀ ਕੰਨੀ ਪਈ ਉਹਨਾਂ ਦੇ ਘਰ ਕੋਈ ਪੁਰਾਣਾ ਆਇਆ ਸੀ ਉਹਦਾ ਬਾਪੂ ਉਹਨੂੰ ਕਹਿ ਰਿਹਾ ਸੀ ਮੈਂ ਰੁਪਈਏ 1500 ਲੈਣੇ ਕਣੇ ਵਿਆਹ ਦਾ ਖਰਚ ਵੀ ਲੈਣਾ ਦੇਖੋ ਮਾਰਮੁਨੀ ਜੀਆ ਮੱਖਣੇ ਦਾ ਪੇੜਾ ਏ ਜਿਸ ਘਰ ਜਾਗੀ ਤਿੱਥੇ ਸੋਨੇ ਦਾ ਚਹਿਲ ਪਹਿਲ ਹੋਈ ਜਾਣੀ ਏ ਇਹ ਆਕੇ ਬਸੰਤੀ ਦੀ ਮਾਂ ਵੱਲ ਤੱਕਣ ਲੱਗ ਪਿਆ ਜਿਵੇਂ ਹੰਗਾਰਾ ਮੰਗਦਾ ਹੋਵੇ ਬਸੰਤੀ ਦੀ ਮਾਂ ਨੇ ਵੀ ਇਹੋ ਮੰਗ ਦੁਹराई ਸੁਣ ਕੇ ਪੁਰਾਣਾ ਪਹਿਲਾਂ ਤਾਂ ਚੁੱਪ ਕਰ ਗਿਆ ਮੋੜ ਜਿਵੇਂ ਦਿਮਾਗ 'ਚ ਕੁਝ ਹਾਰੜ ਰਿਹਾ ਹੋਵੇ ਕਹਿਣ ਲੱਗਾ ਮਨਜ਼ੂਰ ਅਜਾ ਮੇਰੀ ਗੱਲ ਪੱਕੀ ਐ ਬਸੰਤੀ ਮਾਰੀ ਹੋਈ ਗਈ 100 ਰੁਪਿਆ ਮੇਰਾ ਸਾਈ ਦਾ ਇਹ ਲੋ ਬਾਕੀ ਮੈਂ ਫਿਰ ਤੁਸਾਂ ਕੋ ਦਿਆਂਗਾ ਇਨੀ ਦੇਰ ਚ ਬਸੰਤੀ ਦੀ ਮਾਂ ਨੇ ਉਸ ਅੱਗੇ ਚਾਹ ਦਾ ਗਲਾਸ ਲਿਆ ਰੱਖਿਆ ਇੱਕ ਰਕੇਬੀ ਵਿੱਚ ਮੱਕੀ ਦਾ ਢੋਡਾ ਵੀ ਨਾਲ ਹੀ ਲਿਆਈ ਪਰਉਣਾ ਗਰਾਈ ਭਾਂਦਾ ਹੋਇਆ ਕਹਿਣ ਲੱਗਾ ਹੁਣ ਵਿਆਹ ਝਟਪਟ ਰੱਖੀ ਲੋ ਮਨੂੰ ਇਹ ਅਗਲੇ ਮਹੀਨੇ ਆਉਣਾ ਹੈ ਮਿਲਟਰੀ ਚ ਛੁੱਟੀ ਸਾਲੇ ਚ ਇੱਕ ਵਾਰੀ ਮਿਲਦੀ ਐ ਬਸੰਤੀ ਨੇ ਸੁਣਿਆ ਤੇ ਉੱਤਰ ਗਈ ਤਾਂ ਫਿਰ ਅੱਗ ਅੱਜ ਉਹਦਾ ਸੌਦਾ ਪੱਕਾ ਹੋ ਗਿਆ। ਉਹਦਾ ਲੂੰ ਲੂੰ ਕੰਬ ਗਿਆ। ਉਹ ਹੋਣੀਆਂ ਭਰੇ ਭਵਿੱਖ ਦੀ ਕਲਪਨਾ ਨਾਲ ਝੁੰਝਲਾ ਗਈ। ਉਹ ਅੰਦਰ ਕੋਠੇ 'ਚ ਜੱਡ ਗਈ ਤੇ ਪਤਾ ਨਹੀਂ ਕਿੰਨੀ ਦੇਰ ਤੱਕ ਰੋਂਦੀ ਰਹੀ। ਬੰਦ ਬੁਹੇ 'ਚੋਂ ਉਹਦੀ ਹੌਕਿਆਂ ਦੀ ਆਵਾਜ਼ ਕਿਸੇ-ਕਿਸੇ ਵੇਲੇ ਬਾਹਰ ਵੀ ਸੁਣਾਈ ਦੇ ਜਾਂਦੀ ਸੀ। ਪਿਛਲੇ ਪੈਰ ਉਹ ਚੁੱਪਚਪੀ ਤੇ ਉੱਠੀ। ਆਕਾਸ਼ ਬੱਦਲਾਂ ਨਾਲ ਘਿਰਿਆ ਹੋਇਆ ਸੀ। ਕਿਸੇ-ਕਿਸੇ ਵੇਲੇ ਬਿਜਲੀ ਦੀ ਲਿਸ਼ਕ ਜਾਂਦੀ ਸੀ। ਉਹਦਾ ਮਨ ਡਰਿਆ ਡਰਿਆ ਸੀ ਉਹ ਮੰਦਰ ਵੱਲ ਚੱਲ ਪਈ। ਸ਼ਿਵ ਜੀ ਭਗਵਾਨ ਅੱਗੇ ਸੁੱਖ ਦੀ ਪ੍ਰਾਰਥਨਾ ਕਰਨ। ਅਜੇ ਉੱਠਲਾਂ ਉੱਤਰੀ ਰਹੀ ਸੀ ਕਿ ਅਸਮਾਨ ਫਟ ਗਿਆ। ਬੁੱਕੇਂ ਛੱਜੀਮੀ ਪੈਣ ਲੱਗਾ। ਸਾਰਾ ਆਲਾ ਦਵਾਲਾ ਪਲ-ਪਲ ਬਿਜਲੀ ਦੇ ਲਿਸ਼ਕ ਨਾਲ ਚਮਕ ਜਾਂਦਾ ਸੀ। ਉਹ ਦੌੜ ਕੇ ਮੰਦਰ ਜਾ ਪਹੁੰਚੀ ਤੇ ਭਗਵਾਨ ਦੇ ਚਰਨਾਂ ਉੱਪਰ ਡਿੱਗ ਪਈ। ਕਿੰਨੀ ਦੇਰ ਤੱਕ ਉੱਥੇ ਪਈ ਰਹੀ ਉਹਦੇ ਥਿਰਕ ਦੇ ਬੁੱਲਾਂ 'ਚ ਇੱਕ ਸ਼ਬਦ ਵੀ ਨਹੀਂ ਸੀ ਨਿਕਲਦਾ। ਮੂਕ ਸੀ ਉਹਦੀ ਪ੍ਰਾਰਥਨਾ। ਦੂਜੇ ਦਿਨ ਬਸੰਤੀ ਦਾ ਵਿਆਹ ਹੋ ਗਿਆ, ਸੋਹਰੇ ਚਲੀ ਗਈ। ਉਹਦਾ ਪਤੀ ਮੱਛਲੂ ਦੋ ਮਹੀਨੇ ਦੀ ਛੁੱਟੀ ਤੇ ਆਇਆ ਹੋਇਆ ਸੀ ਉਹਦੀ ਯੂਨਿਟ ਦੂਰ ਪੂਰਬ ਵੱਲ ਪਹਾੜਾਂ 'ਚ ਸੀ ਬਸੰਤੀ ਨੂੰ ਨਾਲ ਲੈ ਜਾਣ ਦਾ ਸਵਾਲ ਹੀ ਨਹੀਂ ਸੀ ਉੱਠਦਾ ਛੁੱਟੀ ਮੁੱਕਦੇ ਮਚਲੂ ਵਾਪਸ ਚਲਾ ਗਿਆ ਬਸੰਤੀ ਪਿੱਛੇ ਇਕੱਲੀ ਰਹਿ ਗਈ ਫਿਰ ਉਹਨੂੰ ਬਾਕੀ ਦਾ ਸਾਰਾ ਸਾਲ ਉਡੀਕਦੀ ਰਹੀ ਸਹਰੇ ਘਰੋ ਦਾ ਦਿਲ ਨਾ ਲੱਗਦਾ ਉੱਤਤ ਵੀ ਆਪਣੇ ਆਪ ਨੂੰ ਰੁੱਝਿਆ ਹੋਇਆ ਰੱਖਦੀ ਸੱਸ ਦਾ ਕੰਮਕਾਰ 'ਚ ਹੱਥ ਵਟਾਉਂਦੀ ਬਾਹਰ ਪਹਿਲੀ ਜਾਂਦੀ ਸਹਰੇ ਨੂੰ ਖੇਤਾਂ 'ਚ ਰੋਟੀ ਅਪੜਾਂਦੀ ਪਰ ਮਨ ਸੀ ਸਦਾ ਬੇਚੈਨ ਮਚਲੂ ਲਈ ਸਦਾ ਤੰਗਦਾ ਰਹਿੰਦਾ ਇਦਾਂ 3-4 ਸਾਲ ਬੀਤ ਗਏ ਹੁਣ ਉਹਦੇ ਇੱਕ ਮੁੰਡਾ ਹੋਇਆ ਸੀ ਮਚਲੂ ਸਾਲ ਦੇ ਸਾਲ ਇੱਕ ਵਾਰੀ ਛੁੱਟੀ ਆਉਂਦਾ ਸੀ ਇਹ ਦਿਨ ਬਸੰਤੀ ਲਈ ਸਵਰਗੀ ਹੁੰਦੇ ਉਹ ਡਿਉਡੇ ਰਹਿੰਦੀ ਬੱਦਲਾਂ ਚ ਤਰਦੀ ਰਹਿੰਦੀ ਐਦਕੀ ਜਦੋਂ ਆਇਆ ਤਾਂ ਛਾਟੀ ਬਿਮਾਰ ਪੈ ਗਿਆ ਪਤਾ ਨਹੀਂ ਉਹਨੂੰ ਕੀ ਹੋ ਗਿਆ ਸੀ ਕਿਹੜੇ ਰੋਗ ਨੂੰ ਪਿੱਛੋਂ ਹੀ ਲੈ ਆਇਆ ਜਾਪਦਾ ਸੀ ਮਚਲੂ ਨਿਤ ਦੇ ਨਿੱਗਰਦਾ ਗਿਆ ਬਸੰਤੀ ਉਸ ਉੱਤੇ ਹਰ ਵੇਲੇ ਝੁਕੀ ਰਹਿੰਦੀ ਓੜਕ ਇੱਕ ਦਿਨ ਕਾਲਾ ਚੜਿਆ ਬਸੰਤੀ ਨੂੰ ਅਪਸ਼ਗਣਾ ਦਿਨ ਯਾਦ ਆ ਗਿਆ ਜਦੋਂ ਦਾ ਸਾਰਾ ਉਹਨਾਂ ਦੇ ਘਰ ਆਇਆ ਸੀ ਤੂੰ ਸ਼ਾਮੀ ਮੰਦਰ ਗਈ ਸੀ ਉਸ ਦਿਨ ਕਿੰਨਾ ਮੀਂਹ ਵਸਿਆ ਸੀ ਕਿੰਨੀ ਬਿਜਲੀ ਚਮਕੀ ਸੀ ਕਿੰਨੇ ਗੜੇ ਪਏ ਸੀ ਦਿਨ ਅੰਦਰ ਬਾਹਰ ਸੀ ਮਜਲੂਬੇ ਸੁਧ ਪਿਆ ਸੀ ਉਹਦੀ ਮਾਂ ਜ਼ਰਾ ਕੁ ਬਾਹਰ ਨਿਕਲੀ ਬਸੰਤੀ ਉਹਦਾ ਸਿਰ ਪੋਲਾ ਪੋਲਾ ਦੱਬ ਰਹੀ ਸੀ ਚਾਂਦ ਚੱਕ ਉਹਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਗਿਆ ਫਿਰ ਉਹਨੇ ਬਸੰਤੀ ਵੱਲ ਮੂੰਹ ਮੋੜ ਕੇ ਕਿਹਾ ਬਸੰਤੀਏ ਤੋ ਇਸ ਮਨੂਏ ਅੱਛੀ ਤਰ੍ਹਾਂ ਪਾਲਿਆ ਤਾ ਤੇ ਜੋ ਸੁਖੀ ਹੋਗੀ ਮੈਂ ਤਾਂ ਜਲਦੀ ਮਰੀ ਜਾਣਾ ਇਹ ਅੱਖੇ ਮਟਲੂਨੀ ਅੱਖਾਂ ਨੂਟ ਲਈਆਂ ਜਿਹੜੀਆਂ ਮੁੜਕਾ ਦੇ ਨਾ ਖੁੱਲੀਆਂ ਹਾਲੇ ਕੁਛੀ ਦਿਨ ਹੋਏ ਸੀ ਕਿ ਬਸੰਤੀ ਦੀ ਸੱਸ ਨੂੰ ਕਹਿਣ ਲੱਗੀ ਤੂੰ ਕਿਦੇ ਹੀ ਚੰਡਾਲੀਆਂ ਬਸੰਤੋ ਤੇ ਮੇਰਾ ਮਨੂਆ ਖਾਈ ਲਿਆ ਇਹ ਸੁਣ ਕੇ ਬਸੰਤੀ ਰੋਣ ਲੱਗ ਪਈ ਸੱਸ ਕਹਿੰਦੀ ਗਈ ਤੇਰੇ ਪਿੱਛੇ ਅਸਾਂ ਦਾ 1500 ਰੁਪਇਆ ਗਰਕ ਹੋਈ ਗਿਆ ਅਸੀਂ ਤੈਨੂੰ ਵੇਚੀ ਕੇ ਖਰੇ ਕਰ ਲੈਣੇ ਹੁਣ ਕਿਸ ਵਾਸਤੇ ਮੈਂ ਹਾਥੀ ਪਾਲਣਾ ਤੇ ਬਸੰਤੀ ਨੇ ਕੋਈ ਉੱਤਰ ਨਾ ਦਿੱਤਾ ਉਦੇ ਮਨ ਚ ਕਟਾਰੀਆਂ ਚਲਦੀਆਂ ਰਹੀਆਂ ਉਹਦੀਆਂ ਅੱਖਾਂ ਦੇ ਔਲੂ ਭਰ ਭਰ ਕੇ ਵਟਿੰਦੇ ਰਹੇ ਹੌਕਿਆਂ ਦੀ ਲੜੀ ਸਰਸਰਾਂਦੀ ਰਹੀ ਰੁਣੀਆ ਉਹਦੀ ਝੋਲੀ ਚ ਪਿਆਸ ਹੋ ਗਿਆ ਤੇ ਇੱਕ ਦਿਨ ਉਹ ਮਨ ਪੱਕਾ ਕਰਕੇ ਸਹੁਰੇ ਘਰੋਂ ਬਿਨਾਂ ਕਿਸੇ ਨੂੰ ਦੱਸਿਆ ਚੱਲ ਪਈ ਰੁਣੀਏ ਨੂੰ ਉਹਨੇ ਪਿੱਠ ਪਿੱਛੇ ਬੰਨ ਲਿਆ ਕੁੱਲੂ ਕੋਲ ਕੰਮ ਲੱਗਾ ਹੋਇਆ ਸੀ ਨਦੀ ਦੇ ਬੰਦ ਬਣਨਿਆ ਜਾ ਰਿਹਾ ਸੀ ਉਹਨੂੰ ਮੱਛਲੂ ਦੇ ਸ਼ਬਦ ਉਕਸਾਰੇ ਸਨ ਉਹ ਬੰਦ ਉੱਤੇ ਮਜ਼ਦੂਰੀ ਕਰਨ ਲੱਗ ਪਈ ਤੇ ਇੰਜ ਰੁਣੀਏ ਨੂੰ ਪਾਲਣ ਦੇ ਆਰਚ ਜੁਟ ਗਈ ਦ੍ਰਿਸ਼ ਦੂਜਾ ਬਸੰਤੀ ਸੜਕ ਦੇ ਕੰਢੇ ਇੱਕ ਚਟਾਨ ਨਾਲ ਢੋਲਾ ਕੇ ਬੈਠੀ ਹੈ। ਉਹਦੀਆਂ ਅੱਖਾਂ ਕਿਸੇ ਯਾਦ ਚ ਭਰੀਆਂ ਹਨ। ਉਹ ਬਹੁਤ ਦੂਰ ਤੱਕ ਤੱਕ ਰਹੀ ਹੈ। ਉਹਦੀ ਠੋਡੀ ਉੱਠੀ ਹੋਈ ਹੈ। ਚਿਹਰੇ ਤੇ ਨਿਰਾਸ਼ਾ ਦੀ ਨਿਰਾਸ਼ਾ ਦੀ ਮੋਟੀ ਜਿਹੀ ਤੈ ਜੰਮੀ ਹੋਈ ਹੈ। ਥੋਤੀ ਪਾਟੀ ਹੋਈ ਹੈ। ਬੜੀ ਮੁਸ਼ਕਲ ਨਾਲ ਛਾਤੀ ਕੱਜੀ ਹੈ। ਇੱਕ ਪਾਸੇ ਉਹ ਢਿਲਕ ਢਿਲਕ ਪੈਂਦੀ ਹੈ। ਮੋਢਿਆਂ ਦੇ ਵਾਲ ਖਿਲਰੇ ਹੈ। ਹੱਥ ਵਿੱਚ ਇੱਕ ਮੋਟਾ ਕੱਚ ਦਾ ਗਜਰਾ ਹੈ। ਬਸੰਤੀ ਦੇ ਕੋਲ ਰੁਣੀਆਂ ਬੈਠਾ ਉਹਦੇ ਹੱਥ 'ਚ ਕੋਈ ਜੰਗਲੀ ਫੁੱਲ ਹੈ ਜਿਹੜਾ ਉਹਨੇ ਬਹਿਣ ਲੱਗਿਆ ਕਿਸੇ ਬੂਟੇ ਨਾਲੋਂ ਤੋੜਿਆ ਹੈ। ਉਹਦੇ ਕੰਨਾਂ ਕੋਲ ਬੜੀ ਸੋਜ ਹੈ। ਸ਼ਾਇਦ ਉਹਨੂੰ ਕੰਨ ਪੇੜ ਹੋ ਗਏ ਹੈ। ਉਹਦਾ ਪੇਟ ਫੁੱਲਿਆ ਹੋਇਆ ਹੈ, ਨਾਸਾਂ 'ਚੋਂ ਪਾਣੀ ਵਗ ਰਿਹਾ ਹੈ। ਉਹਦੀਆਂ ਅੱਖਾਂ ਬੁਖਾਰ ਦੇ ਸੇਕ ਨਾਲ ਨੁੱਟੀ-ਨੁੱਟੀ ਜਾਂਦੀਆਂ। ਕਿਸੇ-ਕਿਸੇ ਵੇਲੇ ਰੋ ਪੈਂਦਾ, ਮੁਰਝੁੱਪ ਕਰ ਜਾਂਦਾ, ਕਦੇ ਮਾਂ ਵੱਲ, ਕਦੇ ਫੁੱਲ ਵੱਲ ਤੱਕੀ ਜਾਂਦਾ। ਸਾਹਮਣੇ ਇੱਕ ਵੱਡੀ ਸਾਰੀ ਚਟਾਨ ਹੈ, ਗੋਲ-ਮੋਲ ਜਿਵੇਂ ਸੱਧੀਆਂ ਨੇ ਉਹਨੂੰ ਪਹਾੜ ਦੀ ਚੋਟੀ ਤੋਂ ਹੇਠਾਂ ਪਿਆਰ ਨਾਲ ਰੋੜ ਕੇ ਲਿਆਂਦਾ ਤੇ ਇੰਜ ਉਹਨੂੰ ਕਸਾ ਕੇ ਸਾਕੇ ਗੁਲਾਈ ਦਿੱਤੀ ਹੋਈ ਹੈ। ਚਟਾਨ ਦੇ ਕੋਲ ਜੰਗਲੀ ਆਕ ਉੱਪਰ ਵੱਡੇ ਵੱਡੇ ਨੀਲੇ ਫੁੱਲ ਖਿੜੇ ਹੋਏ ਐ। ਉਹਨਾਂ ਦੇ ਸਿਰੇ ਉਦਾਸੀ ਚ ਝੁਕੇ ਹੋਏ ਐ। ਅੱਕ ਦੇ ਪੱਤੇ ਮੁਰਝਾਏ ਹੋਏ ਐ। ਜ਼ਰਾ ਕੋ ਉਪਰੇ ਚਰਨੇ ਦਾ ਪਾਣੀ ਇਕੱਠਾ ਹੋਇਆ। ਉਹਦੇ ਲਾਗੇ ਇੱਕ ਟੇਡਾ ਕਰਕੇ ਖੜਾ ਖੱਜੀ ਦਾ ਪੇੜ ਐ। ਪੇੜ ਦੇ ਪੱਤੇ ਢਿਲਕੇ ਹੋਈਆਂ ਨੇ ਇੰਜ ਲੱਗਦਾ ਕਿ ਪੇੜ ਹੁਣੇ ਡਿੱਗਾ ਹੀ ਡਿੱਗਾ। ਪਰ ਇਹਨੂੰ ਕਿਸੇ ਤਰ੍ਹਾਂ ਖੜੋਤਿਆ ਕਈ ਵਾਰੀ ਹੋ ਗਏ ਐ ਤੇ ਹੋਰ ਪਤਾ ਨਹੀਂ ਕਿੰਨੇ ਲੰਘਣਗੇ ਸਾਰੇ ਮਾਹੌਲ ਉੱਤੇ ਇੱਕ ਉਦਾਸੀਨਤਾ ਦਾ ਭਾਪ ਅਸਰਿਆ ਹੋਇਆ ਹੈ ਝਰਨੇ ਕੋਲ ਇੱਕ ਔਰਤ ਸਿਰ ਤੇ ਟੋਕਰੀ ਚੁੱਕੀ ਖੜੀ ਹੈ ਹੋਰ ਕੁਝ ਮਜ਼ਦੂਰ ਨਾ ਹੱਥ ਨੂੰ ਤੋ ਰਹੀਆਂ ਕੁਝ ਆਦਮੀ ਪਾਣੀ ਪੀ ਰਹੇ ਐ ਸੂਰਜ ਡੁੱਬਾ ਨਹੀਂ ਸ਼ਾਮ ਦੇ ਧੁੰਦਲਕੇ ਚ ਉਹਨਾਂ ਦੀਆਂ ਨੁਹਾਰਾਂ ਸਿਆਣੀਆਂ ਨਹੀਂ ਜਾ ਸਕਦੀਆਂ ਆਕਾਸ਼ ਦੀ ਕੁਖ ਚ ਸੂਰਜ ਅਸਤ ਹੋਣ ਲੱਗਾ ਓਦੀ ਇੱਕ ਲਾਲ ਕਿਰਨ ਬਸੰਤੀ ਦੇ ਮੂੰਹ ਤੇ ਪਈ ਹੈ ਜਿਸ ਨਾਲ ਉਹਦੀਆਂ ਉਦਾਸ ਰੇਖਾਵਾਂ ਹੋਰ ਚਮਕਪਈਆਂ ਹਨ ਅਤੀਤ ਦੀ ਕਿਸੇ ਯਾਦ ਚ ਗਵਾਚੀ ਹੋਈ ਹੈ ਅੰਕ ਦੂਜਾ ਦ੍ਰਿਸ਼ ਪਹਿਲਾ ਜਦ ਬਸੰਤੀ ਆਪਣੀ ਝੁੱਗੀ ਚੱਪੜੀ ਉਹਦਾ ਮੂੰਹ ਅਸਲੋਂ ਲੱਥਾ ਹੋਇਆ ਸੀ ਇੱਕ ਤਾਂ ਉਹਨੂੰ ਮੱਛਲੂ ਦੀ ਯਾਦ ਆ ਰਹੀ ਸੀ ਤੇ ਉਹ ਸੜਕ ਕੰਡੇ ਬੈਠੀ ਸੋਚਦੀ ਰਹੀ ਸੀ ਕਾਸ਼ ਉਹ ਜਿਉਂਦਾ ਹੁੰਦਾ ਮੈਨੂੰ ਮਜ਼ਦੂਰੀ ਨਾ ਕਰਨੀ ਪੈਂਦੀ ਅੱਜ ਮੇਰਾ ਰੁਣੀਆਂ ਬਿਮਾਰ ਹੈ ਤੇ ਉਹਨੂੰ ਖਵਾਣ ਲਈ ਮੇਰੇ ਪਾਸ ਪਾਤ ਹੀ ਨਹੀਂ ਦਾਰੂ ਜੋਗਾ ਪੈਸਾ ਨਹੀਂ ਕਾਸ਼ ਮਛਲੂ ਜਿਹਾ ਨਾ ਹੁੰਦਾ ਤੇ ਰਖੀ ਇਹ ਜਰਤ ਨਾ ਪੈਂਦੀ ਕਾਸ਼ ਕਾਸ਼ ਤੇ ਠੰਡਾ ਠਾਰ ਹੋ ਕਾ ਉਹਦੇ ਅੰਦਰੋਂ ਨਿਕਲਿਆ ਜਿਸ ਨਾਲ ਉਹਦੇ ਹੋਠਾਂ ਤੇ ਜੰਮੀ ਪੇਪੜੀ ਹੋਰ ਸੁਕਾਠੀ ਹੋ ਗਈ ਉਹ ਨੇ ਤਾਨ ਫੂੜੀ ਉੱਤੇ ਲੇਟ ਗਈ ਰੁਣੀਆਂ ਨੂੰ ਠੱਪਣ ਲੱਗੀ ਉਹਦਾ ਸਾਰਾ ਪਿੰਡਾ ਅਗਵੰਗ ਤਪਣ ਲੱਗ ਪਿਆ ਸੀ ਉਹਨੇ ਉਹਨੂੰ ਕੁੱਟ ਕੇ ਹੱਕਣਾ ਲਾ ਲਿਆ ਸਾਰਾ ਦਿਨ ਕੰਮ ਕਰਕੇ ਝੂਰ ਝੂਰ ਹੋਈ ਹੋਈ ਸੀ ਉਹਦਾ ਅੰਗ ਗੰਗ ਦੁਖ ਰਿਆ ਸੀ ਉੱਖ ਨਾਲ ਉਹਦੀਆਂ ਆਂਦਰਾਂ ਬਿਲਕਰੀਆਂ ਸਨ ਝੁੱਗੀ 'ਚ ਚੌਲਾਂ ਦਾ ਇੱਕ ਦਾਣਾ ਤੱਕ ਨਹੀਂ ਸੀ ਆਕਾਸ਼ ਬਦਲਾਇਆ ਹੋਇਆ ਹੁਣ ਕਾਰਨ ਬਾਹਰ ਘੁੱਪ ਹਨੇਰਾ ਸੀ ਝੁੱਗੀ ਦੇ ਕੋਨੇ ਵਿੱਚ ਇੱਕ ਦੀਵਾ ਮੱਤਮ ਜਿਹਾ ਬਲ ਰਿਹਾ ਸੀ ਜਿਵੇਂ ਉਹ ਸਾਰੀ ਉਦਾਸੀ ਨਿਰਾਸ਼ਾ ਤੇ ਦੁੱਖ ਦੇ ਵਾਤਾਵਰਨ ਨੂੰ ਹਨੇਰੇ ਦੀ ਮੋਟੀ ਤਹਿ 'ਚ ਬੁਲੇਟੇ ਜਾਣ ਤੋਂ ਬਚਾਉਣ ਦਾ ਤਰਲਾ ਕਰ ਰਿਹਾ ਹੋਵੇ ਰਾਤ ਦਾ ਪਹਿਲਾ ਪੈਰ ਜਾ ਰਿਹਾ ਸੀ ਹਰ ਪਾਸੇ ਚੁੱਪ ਚਾਂ ਸੀ ਪਰ ਬਸੰਤੀ ਦੇ ਅੰਦਰੋਂ ਉਹਦੇ ਮਨ 'ਚੋਂ ਤੇ ਪੇਟ ਵਿੱਚੋਂ ਰੂਣੀਏ ਦੀਆਂ ਅੱਖਾਂ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ ਜਿਨ੍ਹਾਂ ਨੂੰ ਕੇਵਲ ਉਹ ਹੀ ਸੁਣ ਸਕਦੀ ਸੀ ਉਹ ਧੀਰ ਲੇਟੀ ਪਾਸੇ ਪਰਤ ਰਹੀ ਸੀ ਦ੍ਰਿਸ਼ ਦੂਜਾ ਚਾਂਦ ਚੱਕ ਝੁੱਗੀ ਦਾ ਟਾਟਿਕ ਪਾਸੇ ਹਟਦਾ ਹਟਵਾਣੀਆਂ ਰਿਖੀਆ ਅੰਦਰ ਵੱੜਦਾ ਬਸੰਤੀ ਅੱਬੜਵਾਏ ਖੜੀ ਹੁੰਦੀ ਹੈ ਇੱਕ ਖਚਰੀ ਮੁਸਕਰਾਟ ਰਿਖੀਆ ਦੇ ਚਿਹਰੇ ਤੇ ਖੇਡ ਰਹੀ ਹੈ ਉਹਦੇ ਹੱਥ ਇੱਕ ਪੋਟਲੀ ਹੈ ਦੀਵੇ ਦੀ ਲੋਚ ਰਿਖੀਆ ਬਸੰਤੀ ਨੂੰ ਅੱਬੜਵਾਏ ਉੱਠਦਿਆਂ ਵੇਖ ਕੇ ਕਹਿੰਦਾ ਕਿ ਉਹ ਬਸੰਤੀਏ ਕੌ ਸੋਈ ਗਈ ਭੁੱਖੇ ਪਾਣੀ ਭੁੱਖੇ ਸੌਣ ਤੇਰੇ ਦੁਸ਼ਮਣ ਐ ਲੈ ਤੇ ਜੋ ਚੌਲ ਮੁੰਸ਼ੀਏ ਦਿੱਤੇ ਐ ਲੈ ਪਾਤ ਖਾ ਤੇ ਮਨੂਏ ਜੂ ਖੁਆ ਬਸੰਤੀ ਉਸ ਵਲ ਅੱਖਾਂ ਫਾੜ ਫਾੜ ਕੇ ਤੱਕਦੀ ਰਹਿੰਦੀ ਐ ਉਹਦਾ ਚਿਹਰਾ ਪ੍ਰਭਾਵ ਰਹਿਤ ਹੋ ਜਾਂਦਾ ਐ ਤੇ ਇੱਕ ਚਿਤਾਉਣੀ ਉਹਦੀ ਅੱਖਾਂ ਚ ਉਬਰ ਆਉਂਦੀ ਐ ਉਹਦੇ ਮੂੰਹ ਚ ਇੱਕ ਸ਼ਬਦ ਵੀ ਨਹੀਂ ਨਿਕਲਦਾ ਜਿਵੇਂ ਸਾਰੇ ਸ਼ਬਦ ਉਹਦੀ ਜੀਭ ਉੱਪਰ ਆ ਕੇ ਜੰਮ ਗਏ ਹੁਣ ਅੱਛਾ ਉਹ ਬਸੰਤੀ ਮੈਂ ਚੱਲਿਆ ਔਰ ਤੇ ਜੋ ਕੁਝ ਚਾਹੀਦਾ ਹੋਵੇ ਤੇ ਦੱਸਿਆ ਕਿ ਰਿਖਿਆ ਹੁੱਠਾਂ 'ਚ ਮੁਸਕਰਾਉਂਦਾ ਝੁੱਗੀਆਂ ਬਾਹਰ ਨਿਕਲ ਜਾਂਦਾ ਹੈ। ਉਹਦੀ ਮੁਸਕਰਾਟ ਦੇ ਕਣ ਇਸ ਤਰ੍ਹਾਂ ਜ਼ਮੀਨ ਤੇ ਡਿੱਗਦੇ ਹਨ ਜਿਵੇਂ ਕਿਰਨਾ ਤੇ ਜ਼ਹਿਰ ਦੇ ਟਿੱਪੇ ਉਹਦੀ ਜੀਭ 'ਚੋਂ ਹੀਠਾਂ ਡਿੱਗ ਰਹੇ ਹੋਣ। ਬਸੰਤੀ ਉੱਠ ਕੇ ਟਾਟ ਨੂੰ ਮੁੜੂਏ ਅੱਗੇ ਕਰ ਦਿੰਦੀ ਹੈ ਫੂੜੀ ਉੱਤੇ ਆ ਬੈਠਦੀ ਹੈ। ਰੁਣੀਆਂ ਦੀ ਛਾਤੀ ਘਰ ਘਰੀ ਹੈ, ਉਹਦੀਆਂ ਨਾਸਾਂ 'ਚੋਂ ਪਾਣੀ ਵਗ ਵਗ ਕੇ ਹੀਠਾਂ ਫੂੜੀ ਉੱਤੇ ਟਿਪ ਟਿਪ ਡਿੱਗ ਰਿਹਾ ਹੈ, ਉਹਦਾ ਪਿੰਡਾ ਭਖਦਾ ਪਿਆ ਹੈ। ਭੁੱਖ ਨਾਲ ਬਸੰਤੀ ਦਾ ਬੁਰਾ ਹਾਲ ਹੈ, ਉਹਦਾ ਆਪਣਾ ਸਰੀਰ ਟੁੱਟਾ ਹੋਇਆ ਹੈ। ਜੀਵੇ ਨੂੰ ਅਚਾਨਕ ਸਮਝ ਆ ਗਈ ਹੋਵੇ ਕਿ ਕੀ ਹੋਇਆ ਉਹਨੇ ਪੋਟ ਲਈ ਚੁੱਕੀ ਬਾਹ ਬੂਏ ਵੱਲ ਹੋ ਟੁਰੀ ਘਿਰਨਾ ਨਾਲ ਉਹਦਾ ਚਿਹਰਾ ਪਾਕ ਉੱਟਿਆ ਲੱਤਾਂ ਕੰਬਣ ਲੱਗ ਪਈਆਂ ਦੀਵੇ ਦੀ ਲੋਅ ਚ ਉਹਦੇ ਚਿਹਰੇ ਦੇ ਕੁੜਵਲ ਦਿਸਣ ਲੱਗ ਪਏ ਟਾਟ ਨੂੰ ਇੱਕ ਪਾਸੇ ਹਟਾ ਕੇ ਉਹਨੇ ਪੋਟ ਲਈ ਬਾਹ ਵਗਾ ਮਾਰੀ ਤੇ ਮੂੰਹ ਚ ਮੁਸਮੁਸ ਕਰਨ ਲੱਗੀ ਕਮੀਨਿਆ ਕੁੱਤਿਆ ਤੇ ਮੈਨੂੰ ਕਿਆ ਸਮਝਿਆ ਐ ਲੈ ਤੇਰੇ ਚੌਲ ਕਿਆ ਮੈਂ ਇੱਕ ਰਾਤ ਭੁੱਖੀ ਨਹੀਂ ਰਹਿ ਸਕਦੀ ਇਹਨਾਂ ਬਾਹਾਂ ਨਾਲ ਕੱਲ ਫੇਰ ਧਿਆੜੀ ਕ ਕਮਾਂਗੀ ਤੇ ਫੇਰ ਹੀ ਖਾਂਗੀ ਵਾਪਸ ਫੋੜੀ ਉੱਤੇ ਆ ਕੇ ਉਹਨੇ ਰੁਣੀਆਂ ਨੂੰ ਹਿੱਕ ਨਾਲ ਲਾ ਲਿਆ ਉਹਦਾ ਪਿੰਡਾ ਸੇਕ ਨਾਲ ਬਲਦਾ ਪਿਆ ਸੀ ਦਿਲ 'ਚ ਕਹਿਣ ਲੱਗੇ ਹੇ ਸ਼ਿਵਜੀ ਭਗਵਾਨ ਮੇਰੇ ਮਨੂਏ ਪਰ ਦਿਆ ਰੱਖਣੀ ਕੁਝ ਪਲ ਬੀਤੇ ਹੋਣਗੇ ਭੁੱਖ ਨੇ ਉਹਨੂੰ ਬਿਹਾਲ ਕਰ ਲਿਆ ਤਾਂ ਕਿਵੇਂ ਨੇ ਉਹਨੂੰ ਬਿਲਕੁਲ ਮੰਦਿਆਂ ਕਰ ਦਿੱਤਾ ਰੁਣੀਆਂ ਫੇਰ ਰੋਣ ਲੱਗ ਪਿਆ ਵਿਚਾਰਾ ਜੱਤ ਇੱਕ ਬਿਮਾਰ ਦੂਜਾ ਭੁੱਖਾ ਬਸੰਤੀ ਨੂੰ ਤਰਸ ਆ ਗਿਆ ਉੱਠ ਖੜੀ ਹੋਈ ਹੌਲੀ ਹੌਲੀ ਬਾਹਰ ਵੱਲ ਤੁਰਨ ਲੱਗੀ ਉਦਾ ਚਿਹਰਾ ਹੋਰ ਉਤ੍ਰਿਆ ਸਿਸ ਬਾਰੂ ਨੇ ਰੇਚ ਪੋਟਲੀ ਚੁੱਕ ਲਿਆਂਦੀ ਜੁ ਦੀਵੇ ਦੀ ਲੋਚ ਨੂੰ ਵਿਖਾਈ ਦੇਗੀ ਸੀ ਅੱਗ ਬਾਲੀ ਭਾਤ ਬਣਾਇਆ ਆਪ ਖਾਦਾ ਕੁਛ ਰੁਣੀਆਂ ਨੂੰ ਖਵਾਇਆ ਭਾਤ ਖਾ ਕੇ ਜਿਵੇਂ ਰੁਣੀਆਂ ਨੂੰ ਸੁੱਖ ਆ ਗਿਆ ਓੰਜ ਹੀ ਸੌ ਗਿਆ ਬਸੰਤੀ ਦੇ ਅੰਗਾਾਂ ਚ ਜ਼ਰਾ ਸ਼ਕਤੀ ਆ ਗਈ ਪਰ ਉਹ ਸੌ ਨਹੀਂ ਸਕੇ ਉਹ ਕੁਛਿਰ ਅਹਲ ਪਈ ਰਹੀ ਇੱਕ ਟੁੱਟ ਚੁੱਕੀ ਪਰ ਚੁਸਤ ਆਤਮਾ ਵਾਂਗ ਆਪਣੇ ਝੁੱਗੀ ਦੇ ਘੁੱਪ ਹਨੇਰੇ ਚ ਉਹਨੂੰ ਆਪਣੇ ਸਰੀਰ ਦੀ ਹੋਂਦ ਦਾ ਗਿਆਨ ਆਪਣੇ ਦਿਲ ਦੀ ਧੜਕਣ ਤੇ ਫੇਫੜਿਆਂ ਦੀ ਮਤਮ ਹੰਕਣੀ ਕਰਕੇ ਸੀ ਫਿਰ ਪਤਾ ਨਹੀਂ ਉਹਨੂੰ ਕਿਸ ਵੇਲੇ ਉਗਲਾਂ ਆਉਣ ਲੱਗੀ ਉਹਨੇ ਦੀਵਾ ਝਟਕ ਪਹਿਲਾਂ ਹੀ ਬੁਝਾ ਦਿੱਤਾ ਸੀ ਬਾਹਰ ਕਾਲੇ ਛਾ ਬੱਦਲ ਗੱਜ ਰਹੇ ਸਨ ਕਿਸੇ ਕਿਸੇ ਵੇਲੇ ਮੀਂਹ ਪੈਣ ਦੀ ਆਵਾਜ਼ ਆ ਜਾਂਦੀ ਸੀ ਰਾਤ ਦਾ ਦੂਜਾ ਪੈਰ ਵੀ ਬੀਤਦਾ ਬੀਤਦਾ ਲੱਗਦਾ ਸੀ ਦ੍ਰਿਸ਼ ਤੀਜਾ ਚੌਥਾ ਤੇ ਹੋਰ ਕਈ ਦ੍ਰਿਸ਼ਾਂ ਦਾ ਰਲਗੱਡ ਸੁੱਤੇ ਅੰਸੁੱਤੇ ਅਬ ਸੰਤੀ ਨੂੰ ਬੜਾ ਭਿਆਨਕ ਸੁਪਨਾ ਆਇਆ ਜਿਵੇਂ ਦਾ ਸਾਰਾ ਉਹਨੂੰ ਵਾਲਾਂ ਤੋਂ ਖਿੱਚ ਕੇ ਆਪਣੇ ਘਰ ਰਿੜਕਲ ਵਿੱਚ ਲਿਜਾ ਰਿਆ ਸੀ ਉਹ ਕਹਿੰਦਾ ਪਿਆ ਸੀ ਮੈਂ ਆਪਣੇ 1500 ਖਰੇ ਕਰੀ ਲੈਣੇ ਛੰਡਾਲੀਏ ਤੇ ਮੇਰਾ ਮਨੂਆ ਖਾਈ ਲਿਆ ਮੇਰਾ ਮੱਛਲੂ ਖਾਈ ਲਿਆ ਨਾ ਭਲਾ ਹੋਵੀ ਤੇਰਾ ਤੇ ਬਸੰਤੀ ਅੱਬਰ ਪਾਏ ਉੱਠੀ ਉਹਨੇ ਚਾਰੇ ਪਾਸੇ ਵੇਖਿਆ ਝੁੱਗੀ ਚ ਸਾਰੀ ਚੁੱਪ ਚਾਂ ਸੀ ਉਹ ਰਾਮ ਰਾਮ ਕਰਦੀ ਫਿਰ लेट ਗਈ रुणੀਆਂ ਦੇ ਪਿੰਡ ਪਿੰਡੇ ਦਾ ਸੇਖ ਹੁਣ ਕੁਝ ਘਟ ਗਿਆ ਸੀ ਉਹ ਕੋਕ ਸੁੱਤਾ ਪਿਆ ਸੀ ਵਸੰਤੀ ਨੂੰ ਨੀਂਦਰ ਤੇ ਛੁੱਟੇ ਆਉਣ ਲੱਗਿਆ ਚਾਨਕ ਨੂੰ ਇੱਕ ਡਰਾਣੀ ਜਿਹੀ ਆਵਾਜ਼ ਸੁਣਾਈ ਦਿੱਤੀ ਝੁੱਗੀ ਦਾ ਟਾਟ ਇੱਕ ਪਾਸੇ ਹਟਿਆ ਤੇ ਉਹਨੂੰ ਕੋਈ ਬੰਦਾ ਅੰਦਰ ਆਉਂਦਾ ਦਿਸਿਆ ਨਾਲ ਹੀ ਮੀਂਹ ਦੀ ਇੱਕ ਵਾਛੜ ਅੰਦਰ ਆ ਪਈ ਬਿਜਲੀ ਦੇ ਲਿਸ਼ਕਾਰ ਚ ਉਹਨੇ ਤੱਕਿਆ ਹੀ ਕਿ ਠੇਕੇਦਾਰ ਦੀ ਮੁੰਸ਼ੀ ਮਾਧਵ ਹੈ ਉਹ ਸੁੰਗੜ ਗਈ ਪਰ ਚੁੱਪ ਕਰਕੇ ਲੇਟੀ ਰਹੀ ਜਿਵੇਂ ਉਹਨੂੰ ਉਹਦੇ ਆਏ ਦਾ ਪਤਾ ਹੀ ਨਾ ਲੱਗਾ ਹੋਵੇ ਮੁੰਸ਼ੀ ਬਾਅਦ ਮੀਂਹ ਚ ਭਜਦਾ ਆਇਆ ਸੀ ਉਹਨੇ ਸ਼ਰਾਬ ਪੀਤੀ ਹੋਈ ਸੀ ਪਰ ਮੀਂਹ ਭੇਜਨ ਕਰਕੇ ਉਹਦਾ ਨਸ਼ਾ ਟੁੱਟਾ ਟੁੱਟਾ ਲੱਗਦਾ ਸੀ ਅੰਦਰ ਆ ਕੇ ਉਸ ਗਿੱਲੇ ਕੱਪੜੇ ਲਾ ਦਿੱਤੇ ਤੋਤੀ ਨੂੰ ਨਿਚੋੜ ਕੇ ਉਸ ਸਾਰਾ ਪਿੰਡਾ ਪਹੁੰਚ ਕੇ ਸੁਕਾਇਆ ਮੁਰ ਨਾਲ ਲਿਆਂਦੀ ਬੋਤਲ ਨੂੰ ਮੂੰਹ ਲਾ ਲਿਆ ਤੇ ਘਟ ਘਟ ਪੀ ਗਿਆ। ਬਸੰਤੀ ਨੇ ਅਧ ਮੀਟੀਆਂ ਅੱਖਾਂ ਨਾਲ ਨੇਰੇ 'ਚ ਤੱਕਿਆ। ਮੌਨਸ਼ੀ ਉਸ ਵੱਲ ਨੰਗ ਢੰਗ ਵਧ ਰਿਹਾ ਹੈ। ਉਹਦੀਆਂ ਅੱਖਾਂ 'ਚ ਕਾਮ ਦੇ ਡੋਰੇ ਹਵਸ ਨਾਲ ਉਹਦਾ ਸਰੀਰ ਤਣਿਆ ਹੋਇਆ ਹੈ। ਬਸੰਤੀ ਫੇਰ ਵੀ ਚੁੱਪ ਕਰਕੇ ਲੇਟੀ ਰਹੀ। ਉਹਦੇ ਮਨ 'ਚ ਕਈ ਤੂਫਾਨ ਆਉਣ ਲੱਗੇ। ਇਕੱਲੀ ਕਰੀਓ ਕੀ ਕਰ ਸਕਦੀ ਸੀ? ਡਰ ਨਾਲ ਉਹਦਾ ਸਾਹ ਸੱਤ ਖਿੱਚਿੰਦਾ ਚਲਾ ਗਿਆ। ਮਾਦੋ ਦੀ ਫੂੜੀ ਵੱਲ ਤੁਰਦਾ ਆਇਆ ਝੁੱਗੀ ਦੇ ਹਨੇਰੇ 'ਚ ਉਹਦੇ ਚਿਹਰੇ ਦਾ ਚਿੱਟਾ ਰੰਗ ਪਰਤਦਿਆਂ ਨਾ ਤੱਕ ਸਕਿਆ ਫਿਰ ਉਹਦੇ ਕੋਲ ਆ ਕੇ ਬਹਿ ਗਿਆ ਉਹਦੀ ਪਾਟੀ ਹੋਈ ਤੋਤੀ ਨੂੰ ਉਹਨੇ ਇੱਕ ਪਾਸੇ ਹਟਾ ਦਿੱਤਾ ਹੁਣ ਬਸੰਤੀ ਬਿਲਕੁਲ ਨੰਗੀ ਹੋ ਗਈ ਸੀ ਮੁੰਸ਼ੀ ਨੇ ਉਹਦੇ ਮੁੰਡੇ ਨੂੰ ਚੁੱਕ ਕੇ ਪਰੇ ਕਰਤਾ ਬਸੰਤੀ ਲਈ ਹੋਰ ਲੇਟਿਆਂ ਰਹਿਣਾ ਅਸੰਭਵ ਹੋ ਗਿਆ ਮਾਦੋ ਦੇ ਹੱਥ ਸ਼ੈਤਾਨੀ ਢੰਗ ਨਾਲ ਉਹਦੇ ਸਰੀਰ ਤੇ ਫਿਰਨ ਲੱਗੇ ਉਹਦਾ ਮੂੰਹ ਬਸੰਤੀ ਦੇ ਮੂੰਹ ਤੇ ਝੁੱਕ ਗਿਆ ਬਸੰਤੀ ਇੱਕਦਮ ਉੱਠੀ ਉਦੀ ਧੋਤੀ ਛੇਠਾਂ ਡਿੱਗ ਪਈ ਕਹਿਣ ਲਗੀ ਰਤਾ ਠਹਿਰੀ ਜਾ ਮੁੰਸ਼ੀ ਜੀ ਮਨੂਏ ਕੀ ਤਾਂ ਪਰੇ ਕਰੀ ਦੇ ਇੱਕ ਮੁਰਮੁਰੀ ਕੁੜਤਣ ਉਸਦੀ ਆਵਾਜ਼ ਚ ਰਲ ਗਏ ਮਾਦਾ ਉੱਠ ਕੇ ਬਹਿ ਗਿਆ ਆਓ ਬਸੰਤੀ ਇਹ ਮੇਰੀ ਜਾਨ ਉਹ ਮੁਰਮੁਰ ਕਹਿੰਦਾ ਗਿਆ ਤੇ ਉਹਦੀ ਆਵਾਜ਼ ਝੁੱਗੀ ਦੀ ਹਨੇਰੀ ਚੁੱਪ ਵਿੱਚ ਭੇਤ ਭਰੀ ਗੂੰਜ ਪੈਦਾ ਕਰਦੀ ਰਹੀ ਬਸੰਤੀ ਖੜੀ ਹੋ ਗਈ ਉਹਦੇ ਕੋਲ ਝੁੱਗੀ ਦੀ ਕੰਧ ਨਾਲ ਟੰਗੀ ਕਟਾਰ ਸੀ ਉਹਨੇ ਖਿੱਚ ਕੇ ਬਾਹਰ ਕੱਢ ਲਈ ਪਹਿਲਾਂ ਤਾਂ ਮੁੰਸ਼ੀ ਨੇ ਉਸ ਵੱਲ ਧਿਆਨ ਨਾ ਕੀਤਾ ਕਾਮ ਤੇ ਸ਼ਰਾਬ ਨੇ ਉਹਨੂੰ ਅੰਨ੍ਹਾ ਕੀਤਾ ਸੀ ਪਰ ਜਦ ਪਲਕੂ ਲੰਘਿਆ ਤੇ ਬਸੰਤੀ ਫੋੜੀ ਉੱਤੇ ਨਾ ਲੇਟੀ ਉਹਨੇ ਉਸ ਵੱਲ ਤੱਕਿਆ ਡਰ ਨਾਲ ਉਹ ਦਹਿਲ ਗਿਆ ਤੇ ਉਹਦਾ ਸਰੀਰ थरथਰ ਕੰਬਣ ਲੱਗਾ ਫਿਰ ਉਹਨੇ ਆਪਣਾ ਸਿਰ ਗੋਡਿਆਂ 'ਚ ਦੇ ਲਿਆ ਜਿਵੇਂ ਉਹ ਕੁਝ ਨਾ ਵੇਖ ਰਿਹਾ ਹੋਵੇ ਕੁਝ ਨਾ ਵੇਖਣਾ ਚਾਹੁੰਦਾ ਹੋਵੇ ਬਸੰਤੀ ਦੀਆਂ ਅੱਖਾਂ 'ਚ ਗੁੱਸੇ ਦੀ ਜਵਾਲਾ ਭੜਕ ਰਹੀ ਸੀ ਉਹਦਾ ਸਰੀਰ ਤਣਿਆ ਸੀ ਵਾਲ ਖਿੰਡੇ ਹੋਏ ਹਵਾ 'ਚ ਉੱਡ ਰਹੇ ਸਨ ਇੱਕ ਹੱਥ 'ਚ ਕਟਾਰ ਸੀ ਦੂਜੇ ਦੀਆਂ ਉਂਗਲਾਂ ਭਾਵਾਂ ਦੀ ਤਿੱਖਣਤਾ ਕਾਰਨ ਖੁੱਲੀਆਂ ਸਨ ਬਿਜਲੀ ਤੇ ਲਿਸ਼ਕਾਰ ਚ ਉਹਦਾ ਨੰਗਾ ਸਰੀਰ ਚਮਕ ਉਠਿਆ ਉਹਦੇ ਚਿਹਰੇ ਦੀ ਉਦਾਸੀ ਉਹਦੀਆਂ ਅੱਖਾਂ ਚ ਕ੍ਰੋਧ ਉਹਦੇ ਸਰੀਰ ਦੀ ਨਿਰਬਲਤਾ ਸਭ ਨੇ ਮਿਲ ਕੇ ਉਸ ਉੱਪਰ ਗ੍ਰਿੜਤਾ ਦਾ ਪ੍ਰਭਾਵ ਲੈ ਆਉਂਦਾ ਫਿਰ ਬਸੰਤੀ ਨੇ ਇੱਕੋ ਵਾਰ ਕਟਾਰੂ ਗਰੀ ਤੇ ਆਪਣੀਆਂ ਛਾਤੀਆਂ ਕੱਟ ਲਿੱਤੀਆਂ ਵਿੱਚੋਂ ਲਹੂ ਟਪ ਟਪ ਕਰਦਾ ਮੁੰਸ਼ੀ ਦੇ ਸਿਰ ਤੇ ਉਹਦੇ ਮੋਢਿਆਂ ਤੇ ਉਹਦੇ ਮਨ ਤੇ ਡਿੱਗਣ ਲੱਗਾ ਅੰਕ ਤੇਜਾ ਦ੍ਰਿਸ਼ ਪੈਲਾ ਕੁੱਲੂ ਦੇ ਨੇੜੇ ਇੱਕ ਸਥਾਨ ਨਗਰ ਕਲਾਕਾਰ ਦਾ ਸਟੂਡੀਓ ਹਰ ਪਾਸੇ ਕੰਧਾਂ ਨਾਲ ਚਿੱਤਰ ਲਟਕੇ ਹੋਏ ਐ ਕਈ ਹਾਲੇ ਜ਼ਮੀਨ ਤੇ ਦਿਵਾਰਾਂ ਦੀ ਟੇਕ ਨਾਲ ਖੜੇ ਕੀਤੇ ਐ ਇਹਨਾਂ ਵਿੱਚ ਪਹਾੜਾਂ ਦੀਆਂ ਚੋਟੀਆਂ ਉੱਤੇ ਡੁੱਬਦਾ ਸੂਰਜ ਬਰਫ਼ ਦੇ ਤੇਜ਼ ਤੂਫਾਨ ਅੱਖਾਂ ਨੂੰ ਚੰਦਿਆਂਣ ਵਾਲੀਆਂ ਚਿੱਟੀਆਂ ਦੁੱਧ ਬਰਫ਼ਾਨੀ ਘਾਟੀਆਂ ਘੋਰ ਬੱਦਲਾਂ ਨਾਲ ਲਟਕੇ ਆਕਾਸ਼ ਜਿੱਦੇ ਕਿਸੇ ਕੋਨੇ 'ਚ ਸੋਨੇ ਦੀਆਂ ਪਹਾੜੀਆਂ ਆਪਣੇ ਵੱਲ ਧੂਪ ਆਉਂਦੀਆਂ ਹਨ ਕੁਦਰਤ ਦੇ ਅਨੇਕਾਂ ਦ੍ਰਿਸ਼ ਇਹਨਾਂ ਦੇ ਵਿਸ਼ੇ ਹਨ ਕਿਦਰੇ ਕਿਦਰੇ ਪਹਾੜੀ ਵਸਨੀਕਾਂ ਦੇ ਚਿੱਤਰ ਹਨ ਉਹਨਾਂ ਦੀ ਦ੍ਰਿੱਧ ਧਰੀ ਜ਼ਿੰਦਗੀ ਦੇ yatharthak roop ਇੰਜ ਪਤਾ ਲੱਗਦਾ ਹੈ ਕਿ ਕਲਾਕਾਰ ਪਹਾੜਾਂ ਦਾ ਚਿਤੇਰਾ ਪਹਾੜਾਂ ਦਾ ਦਰਵਾਜ਼ਾ ਖੁੱਲਿਆ ਚਿੱਤਰਕਾਰ ਅੰਦਰ ਆਇਆ ਉਹਦੀ ਠੋਡੀ ਤੇ ਛੋਟੀ ਜੀ ਫਰੈਂਚ ਕੱਟ ਪੂਰੀ ਦਾੜੀ ਸੀ ਆਖਿਓ ਕੈਨਵਸ ਅੱਗੇ ਬਹਿ ਗਿਆ ਉਹਦਾ ਚਿਹਰਾ ਘੋਰ ਉਦਾਸੀ ਦੀ ਇੱਕ ਤਸਵੀਰ ਸੀ ਇੰਜ ਲੱਗਦਾ ਸੀ ਜਿਵੇਂ ਉਹ ਕਈ ਰਾਤਾਂ ਨਹੀਂ ਸੁੱਤਾ ਤੇ ਕਿਸੇ ਨਿਰਾਸ਼ਾ ਨੇ ਉਹਨੂੰ ਡੰਗ ਲਿਆ ਹੋਇਆ ਪੁਕਾੜੀ ਕਾਲੀ ਬੁਰਸ਼ ਫੇਰਨ ਲੱਗਾ ਤਸਵੀਰ ਉਗੜਨ ਲੱਗੀ ਬੁਰਸ਼ ਛੇਤੀ ਛੇਤੀ ਨੱਚਦਾ ਤੇ ਕੈਨਵਸ ਉੱਤੇ ਲਕੀਰਾਂ ਵੰਦਾ ਜਾਂਦਾ ਨਿਰਾਸ਼ਾ ਤੇ ਉਦਾਸੀ ਉਹਦੀਆਂ ਅੱਖਾਂ ਆਪਣੀ ਅੱਖਾਂ 'ਚ ਨਿਕਲ ਕੇ ਚਿੱਤਰ ਉੱਤੇ ਉਤਰਦੀ ਮਜ਼ਦੂਰ ਔਰਤ ਤੇ ਉਹਦੇ ਸਾਰੇ ਮਾਹੌਲ ਉੱਤੇ ਫੈਲਦੀ ਗਈ ਜੋ ਸੜਕ ਦੇ ਕੰਢੇ ਝਰਨੇ ਦੇ ਕੋਲ ਬੈਠੀ ਸੀ ਵਿਚਾਰੇਪਣ ਤੇ ਗਰੀਬੀ ਦਾ ਪ੍ਰਭਾਵ ਉਹਦੇ ਬੱਚੇ ਦੇ ਅੰਗਾਂ 'ਚ ਛਾ ਗਿਆ ਜੋ ਆਪਣੀ ਮਾਂ ਕੋਲ ਸਭ ਕਾਸੀ ਤੋਂ ਬੇਖਬਰ ਇੱਕ ਇੱਕ-ਇੱਕ ਜੰਗਲੀ ਫੁੱਲ ਹੱਥ 'ਚ ਲੈ ਕੇ ਬੈਠਾ ਸੀ। 2-3 ਘੰਟੇ ਲਾ ਕੇ ਚਿੱਤਰ ਕਰਨੀ ਤਸਵੀਰ ਪੂਰੀ ਕੀਤੀ ਤੇ ਉੱਠ ਖੜਾ ਹੋਇਆ। ਉਹ ਚਿੱਤਰ ਵੱਲ ਵੇਖੀ ਜਾ ਰਿਹਾ ਸੀ, ਕਦੇ-ਕਦੇ ਆਪਣੀਆਂ ਉਂਗਲਾਂ ਨੂੰ ਦਬਾਉਂਦਾ ਤੇ ਵਿੱਚੋਂ ਕੜਵਲ ਕੱਢਦਾ, ਕਿਸੇ-ਕਿਸੇ ਵੇਲੇ ਮੋਢਿਆਂ ਨੂੰ ਘੁੱਟਦਾ। ਉਹਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹਦੇ ਸਰੀਰ ਉਤੋਂ ਸਾਰਾ ਭਾਰ ਉਤਰ ਗਿਆ ਤੇ ਉਹ ਹੌਲਾ-ਫੁੱਲਾ ਹੋ ਗਿਆ। ਉਹਨੇ ਪਾਈਪ ਫੇਰ ਸਲਗਾਈ, ਚਿੱਤਰ ਵੱਲ ਮੋਹ ਭਰੀਆਂ ਅੱਖਾਂ ਨਾਲ ਤੱਕਣ ਲੱਗਾ। ਇਨੇ ਚੋ ਦਾ ਨੌਕਰ ਉਸ ਲਈ ਕਾਫੀ ਦਾ ਤੀਜਾ ਪਿਆਲਾ ਲੈ ਆਇਆ। ਉਹ ਸਿੱਪ ਕਰਨ ਲਈ ਬਹਿ ਗਿਆ। ਉਹਦੀਆਂ ਨਜ਼ਰਾਂ 'ਚ ਕਿਸੇ ਅਸੀਮ ਦੂਰੀ ਦਾ ਪ੍ਰਭਾਵ ਬੱਸਰ ਗਿਆ। ਦ੍ਰਿਸ਼ ਦੂਜਾ, ਕਲੋਜ਼ ਅਪ। ਉਸੇ ਚਿੱਤਰਕਾਰ ਦਾ ਸਟੂਡੀਓ ਕੁਝ ਦਿਨਾਂ ਬਾਅਦ। ਅੱਜ ਚਿੱਤਰਕਾਰ ਸਟੂਡੀਓ 'ਚ ਦਾਖਲ ਹੋਇਆ ਤਾਂ ਹੌਂਕਦਾ ਪਿਆ ਸੀ। ਉਹਦੇ ਚਿਹਰੇ 'ਤੇ ਬੜੇ ਕਰੂਰ ਭਾਵ ਸਨ। ਉਹਦੀਆਂ ਅੱਖਾਂ 'ਚ ਕਿਰਣਾ ਸੀ ਪਰ ਨਾਲ ਹੀ ਪ੍ਰਸ਼ੰਸਾ ਦੇ ਭਾਵ ਵੀ ਸਨ। ਉਦੇ ਸਰੀਰ ਦੇ ਸਾਰੇ ਲੂੰਕ ਕੰਡੇ ਖੜੇ ਸਨ ਉਹ ਸਟੂਡੀਓ ਚ ਕਾਲੀ ਕਾਲੀ ਫਿਰਨ ਲੱਗਾ ਜਦ ਫੇਰ ਵੀ ਉਹਦੇ ਅੰਦਰ ਹੋਰੇ ਕੋਲ ਚ ਕੁਝ ਠਰਮਾ ਨਾ ਆਇਆ ਤੋਨੇ ਪਾਈਪ ਨਵੇਂ ਸਿਰਿਓਂ ਸੁਲਗਾ ਲਈ ਫੇਰ ਵੱਧ ਬਣੇ ਕੈਨਵਸ ਅੱਗੇ ਬਹਿ ਗਿਆ ਉਸ ਦੀਆਂ ਉਂਗਲਾਂ ਚ ਬੁਰਸ਼ ਨੱਚਣ ਲੱਗੇ ਉਹ ਘੜੀ ਮੁੜੀ ਪੈਲੇਟ ਤੇ ਜਾਂਦੇ ਰੰਗ ਭਰਦੇ ਤੇ ਚਿੱਤਰ ਉਤੇ ਉਲੀਕ ਦਿੰਦੇ ਤਾਦੀ ਕੈਨਵਸ ਉਤੇ ਇੱਕ ਨੰਗੀ ਇਸਤਰੀ ਉਭਰੀ ਉਸਦੇ ਹੱਥੇ 'ਚ ਕਟਾਰ ਸੀ ਸਾਹਮਣੇ ਗੋਡਿਆਂ 'ਚ ਮੂੰਹ ਦੇ ਕੇ ਇੱਕ ਨੰਗਾ ਮਰਦ ਬੈਠਾ ਸੀ ਚિત੍ਰਕਰ ਨੇ ਆਖਰੀ ਬੁਰਸ਼ ਛੋਲਾਈ ਇਸਤਰੀ ਦੀ ਛਾਤੀ ਵਿੱਚੋਂ ਲਹੂ ਦੇ ਟਿੱਕੇ ਮਰਦ ਉੱਪਰ ਡਿੱਗਣ ਲੱਗੇ ਚਿਤ੍ਰਕਰ ਉੱਠ ਬੈਠਾ ਤੇ ਇਸਤਰੀ ਦੇ ਪੀੜ ਪ੍ਰੁੱਚੇ ਚਿਹਰੇ ਵੱਲ ਤੱਕਣ ਲੱਗ ਪਿਆ ਫੇਰ ਬਹਿ ਗਿਆ ਚਿੱਤਰ ਦੇ ਹੇਠਾਂ ਲਿਖ ਦਿੱਤਾ ਜਿੱਤ ਉਹਨੇ ਆਪਣੇ ਛੋਟੇ ਛੋਟੇ ਵਾਲਾਂ 'ਚ ਸੱਜੇ ਹੱਥ ਦੀ ਉਂਗਲਾਂ ਫੇਰੀਆਂ ਹੁਣ ਜਿਵੇਂ ਉਹਨੂੰ ਸੁੱਖ ਦਾ ਸਾਹ ਆ ਗਿਆ Han